ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮਾਲਵੇ ਦੀਆਂ ਰਸਮਾਂ ਆਪਾਂ ਸ਼ੁਰੂ ਕੀਤੀਆਂ ਹੋਈਆਂ ਅਤੇ ਸਭ ਤੋਂ ਪਹਿਲਾਂ ਪੀਣ ਛੱਡਣ ਦੀ ਜਿਹੜੀ ਰਸਮ ਆ ਉਹਦੇ ਲੋਕ ਗੀਤ ਤੁਸੀਂ ਆਨੰਦ ਮਾਣ ਲਿਆ ਹੋਊਗਾ। ਤਾਂ ਉਸ ਤੋਂ ਅਗਲੀ ਦੂਜੀ ਰਸਮ ਆ ਜਿਹੜੀ ਮਾਈਨਿਆਂ ਲਾਈਆਂ ਜਾਂਦੀਆਂ, ਜਿਹਨੂੰ ਕਈ ਜਗ੍ਹਾ ਤੇਲ ਚੜ੍ਹਾਉਣਾ ਵੀ ਕਹਿੰਦੇ ਆ। ਤਾਂ ਉਹ ਮਤਲਬ ਵਿਆਹ ਤੋਂ 2 ਦਿਨ ਪਹਿਲਾਂ ਕੀਤੀ ਜਾਂਦੀ ਹੈ। ਉਹਦੇ ਵਿੱਚ ਲੜਕੇ ਜਾਂ ਲੜਕੀ ਨੂੰ ਤੇਲ ਚੜ੍ਹਾਇਆ ਜਾਂਦਾ ਹੈ ਅਤੇ ਉਹਦੇ ਵਿੱਚ ਉਹ ਘਰ ਲੈ ਜਾਂਦੇ, ਦੱਬ ਬੋਲਦੇ ਆ ਹਾਂਜੀ, ਅਤੇ ਉਹਨੂੰ ਕੱਟ ਕੇ ਇੱਕ ਥਾਲੀ ਤਿਆਰ ਕੀਤੀ ਜਾਂਦੀ ਹੈ। ਹਾਂਜੀ, ਉਹ ਉਹਦੇ ਨਾਲ ਫਿਰ ਜਿਹੜਾ ਤੇਲ ਆ ਉਹ ਲੜਕੇ ਜਾਂ ਲੜਕੀ ਦੇ ਵਾਲ ਲਗਾਇਆ ਜਾਂਦਾ, ਜਿਹਨੂੰ ਤੇਲ ਚੜ੍ਹਾਉਣਾ ਜਾਂ ਮਾਲਵੇ ਦੇ ਵਿੱਚ ਸਾਡੇ ਮਾਈਆਂ ਦੀ ਜਿਹੜੀ ਰਸਮ ਆ ਅਤੇ ਉਹਦੇ ਲੋਕ ਗੀਤ। ਅਤੇ ਤੁਸੀਂ ਇਹ ਵੀ ਦੱਸਿਓ ਵੀ ਕਿਹੜੇ ਕਿਹੜੇ ਖੇਤਰ ਆ ਜਿੱਥੇ ਮਾਈਆਂ ਲਾਉਣ ਦੀ ਰਸਮ ਕੀਤੀ ਜਾਂਦੀ ਹੈ ਜਾਂ ਕਿੱਥੇ ਨਹੀਂ ਕੀਤੀ ਜਾਂਦੀ। ਹਾਂਜੀ, ਤਾਂ ਉਸ ਸਮੇਂ ਜਿਹੜੇ ਲੋਕ ਗੀਤ ਗਾਏ ਜਾਂਦੇ ਉਹ ਤੁਹਾਨੂੰ ਤੇ ਵਧਾਈਆਂ ਵੀ ਦਿੱਤੀਆਂ ਜਾਂਦੀਆਂ ਹਨ ਜੀ।
ਤੁਹਾਡਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ।